बेल टीवी देख रहे सारे दर्शकों नूं मेरे वल्लों प्यार भरी सति श्री अकाल। तुसी देख रहे हो प्रोग्राम सुरताल बेल कुनर दे नाल। अज साडे सुरताल प्रोग्राम दे विच मैं कोई खास इंटरव्यू नहीं कर रहा, बस मैं तुहानूं एक छोटी जी इनफॉर्मेशन दे रहा हां कि साडे छोटे वीर इंद्र घूमण दा एक नवां गीत गुरु नानक देव प्रकाश उत्सव दे उत्ते उन्होंने रिलीज़ किया, अज ही रिलीज़ किया आ। और मैं अज उन्होंने घर उन्होंने बधाइया देने लिए आया सी और गीत उन्होंने बहुत अच्छा बनाया है। सत श्री अकाल जी। पहला तो सारी संगत को गुरु नानक देव जी के जन्म दिहाड़े दी बहुत बहुत मुबारक। सो उन्होंने जन्म दिहाड़े से आप गुरु नानक देव जी का नवा सोंग लैके आ गए हैं, बाबा नानक बाज एंटरटेनमेंट से। तुसी जाके जरूर देखियो तो प्यार दिओ, जिस तरह तुसी मेरे पहले सोंग हौसले नू प्यार दिता इस तरह इनू भी प्यार देना। वाहेगुरू जी का खालसा वाहेगुरू जी की फतेह। ਸਤਿ ਸ਼੍ਰੀ ਅਕਾਲ ਭਮਰਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਮੈਂ ਬਹੁਤ ਖੁਸ਼ ਹਾਂ ਜੀ ਕਿ ਐਸ ਭਮਰਾ ਜੀ UK ਤੋਂ ਮੈਨੂੰ ਸਪੈਸ਼ਲੀ ਮੇਰੇ ਨਵੇਂ ਗੀਤ ਬਾਬਾ ਨਾਨਕ ਸੌਂਗ ਦੀਆਂ ਵਧਾਈਆਂ ਦੇਣ ਵਾਸਤੇ ਆਏ, ਔਰ ਮੈਂ ਤਹਿ ਦਿਲੋਂ ਸ਼ੁਕਰ ਗੁਜ਼ਾਰ ਹਾਂ ਤੁਹਾਡਾ ਕਿ ਤੁਸੀਂ ਮੇਰੇ ਘਰ ਆਏ। ਬਹੁਤ ਬਹੁਤ ਧੰਨਵਾਦ। ਐਸੀ ਗੱਲ ਨਹੀਂ, ਦੇਖੋ ਮੈਂ ਆਪਣੇ ਵੱਲੋਂ ਵੀ ਸਾਰੇ ਹੀ ਜਗਤ ਨੂੰ ਪਹਿਲਾਂ ਤਾਂ ਗੁਰੂ ਨਾਨਕ ਦੇਵ ਜੀ ਦੇ ਲੱਖ ਲੱਖ ਵਧਾਈਆਂ ਪੇਸ਼ ਕਰਦਾ। ਹਾਂਜੀ, ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਜਿਹੜੇ ਧਾਰਮਿਕ ਗੀਤ ਹੈ ਬਣਾਉਣੇ ਇੰਨੇ ਸਿਖਾਲੇ ਨਹੀਂ ਹੁੰਦੇ, ਪਰ ਤੁਸੀਂ ਬਹੁਤ ਵਧੀਆ ਗੀਤ ਬਣਾਇਆ ਔਰ ਵੀਡੀਓ ਬਹੁਤ ਅੱਛੀ ਬਣਾਈ ਆ, ਅਤੇ ਮੈਂ ਆਸ ਕਰਦਾ ਮੇਰੇ ਇਹੀ ਚਾਹੁੰਦਾ ਵੀ ਤੁਹਾਡਾ ਗੀਤ ਲੋਕਾਂ ਦੇ ਵਿੱਚ ਸੁਣਿਆ ਜਾਵੇ ਔਰ ਚੰਗੀ ਸਿੱਖਿਆ ਮਿਲੇ, ਅਤੇ ਇਹੋ ਜਿਹੇ ਗੀਤ ਕਰਦੇ ਰਹੋ। ਮੇਰੇ ਵੱਲੋਂ ਬਹੁਤ ਬਹੁਤ ਤੁਹਾਨੂੰ ਵਧਾਈਆਂ, ਆਲ ਦਾ ਬੈਸਟ। ਬਹੁਤ ਬਹੁਤ ਥੈਂਕ ਯੂ ਜੀ, ਬਹੁਤ ਬਹੁਤ ਥੈਂਕ ਯੂ ਤੁਸੀਂ ਸਾਡੇ ਕੋਲ ਆਏ। ਬਹੁਤ ਅੱਛੀ ਵੀਡੀਓ ਹੈ ਔਰ ਗੀਤ ਵੀ ਬਹੁਤ ਅੱਛਾ ਆ। ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਉਸ ਗੀਤ ਨੂੰ ਬਹੁਤ ਪਿਆਰ ਦੇਵੋਗੇ। ਇੱਕ ਉੱਭਰਦਾ ਹੋਇਆ ਕਲਾਕਾਰ ਆ ਇਹ, ਔਰ ਇਹਨਾਂ ਦੇ ਹੋਰ ਬਹੁਤ ਸਾਰੇ ਗੀਤ ਮਾਰਕੀਟ ਦੇ ਵਿੱਚ ਆਉਣ ਵਾਲੇ ਹਨ, ਅਤੇ ਪਲੀਜ਼ ਤੁਸੀਂ ਬਾਬਾ ਨਾਨਕ ਨੂੰ ਸੁਣਿਓ, ਦੇਖਿਓ ਅਤੇ ਸ਼ੇਅਰ ਜ਼ਰੂਰ ਕਰਿਓ। ਧੰਨਵਾਦ, ਸ਼ੁਕਰੀਆ।